लागे कुछ नहीं बस बंद सीगा सिलेंडर ओ ते बस मैं आया ते लग गए सब्जी तुड़का लाउन लगी सीगी हजे सिलेंडर बालिया नहीं सीगा तो पता ही नहीं लग्या किदा वी ओ आगे किदा लग गई मैं बाद च रेगुलेटर लगी ही बंद करन ते बहुत ज्यादा लपटा निकलन लग गईयां ते बंद नहीं होया ते सारे कमरा सारा समान सारा सड़ गया अचानक अग लग गई सिलेंडर नूं ते हफड़ा तां बड़ी मच गई एकदम घर कोई भी नहीं सी घर मम्मी कल्ले ही मैं भी काम ते गया सीगा ਹਜੇ ਨਵਾਂ ਹੀ ਸਿਲੰਡਰ ਲਾਇਆ ਸੀ ਭਰਿਆ ਹੋਇਆ ਤੇ ਬੰਦ ਨਹੀਂ ਹੋਇਆ ਕੋਈ ਨਹੀਂ ਸੀ ਮੈਂ ਇਕੱਲੀ ਸੀ ਤੇ ਪਰ ਹਜੇ ਮੈਂ ਬਾਲਿਆ ਨਹੀਂ ਸੀ ਗੈਸ ਸਬਜ਼ੀ ਹਜੇ ਤੋਂ ਉਧੋ ਕੇ ਰੱਖੀ ਸੀਗੀ ਤੇ ਕਾਫੀ ਆਪਣਾ ਸੋਫਾ ਟੀਵੀ ਘਰ ਦਾ ਸਾਰਾ ਨੁਕਸਾਨ ਹੋ ਗਿਆ ਮੇਰਾ ਨਾਮ ਜੀ ਅਮਰ ਕੁਮਾਰ ਆ ਜੀ ਅਚਾਨਕ ਅੱਗ ਲੱਗ ਗਈ ਸਿਲੰਡਰ ਨੂੰ ਤੇ ਹਫੜਾ ਤਾਂ ਬੜੀ ਮੱਚ ਗਈ ਇੱਕਦਮ ਨੁਕਸਾਨ ਹੋਇਆ ਕਾਫੀ ਘਰ ਕੋਈ ਵੀ ਨਹੀਂ ਸੀ ਘਰ ਮੰਮੀ ਇਕੱਲੇ ਹੀ ਮੈਂ ਵੀ ਕੰਮ ਤੇ ਗਿਆ ਸੀਗਾ ਤੇ ਕੰਮ ਤੋਂ ਆ ਕੇ ਪਤਾ ਲੱਗਿਆ ਉਹਨੇ ਚਿਰ ਨੂੰ ਸਾਰਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਅੱਗ ਬਹੁਤ ਵੱਧ ਗਈ ਹੁਣ ਤੁਹਾਡੇ ਮਾਤਾ ਜੀ ਜੇਰੇ ਲਾ ਗਏ ਹਾਂਜੀ ਹਾਂਜੀ ਜੇਰੇ ਲਾਏ ਹਸਪਤਾਲ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਪੂਰੀ ਘਟਨਾ ਹੋਈ ਜੀ ਮੇਰਾ ਨਾਮ ਜੀ ਸ਼ਿੰਦਰ ਕੌਰ ਕੁਛ ਨਹੀਂ ਬਸ ਬੰਦ ਸੀਗਾ ਸਿਲੰਡਰ ਉਹ ਤੇ ਬਸ ਮੈਂ ਆਇਆ ਤੇ ਲੱਗ ਗਏ ਸਬਜ਼ੀ ਨੂੰ ਤੁੜਕਾ ਲਾਉਣ ਲੱਗੀ ਸੀਗੀ ਹਜੇ ਸਿਲੰਡਰ ਬਾਲਿਆ ਨਹੀਂ ਸੀਗਾ ਤੇ ਪਤਾ ਹੀ ਨਹੀਂ ਲੱਗਿਆ ਕਿੱਦਾਂ ਵੀ ਉਹ ਆਗੇ ਕਿੱਦਾਂ ਲੱਗ ਗਈ ਮੈਂ ਬਾਅਦ ਚ ਰੈਗੂਲੇਟਰ ਲੱਗੀ ਸੀ ਬੰਦ ਕਰਨ ਤੇ ਬਹੁਤ ਜ਼ਿਆਦਾ ਲਫਟਾਂ ਨਿਕਲਣ ਲੱਗ ਗਈਆਂ ਤੇ ਬੰਦ ਨਹੀਂ ਹੋਇਆ ਤੇ ਸਾਰਾ ਹੀ ਕਮਰਾ ਸਾਰਾ ਸਮਾਨ ਸਾਰਾ ਸੜ ਗਿਆ ਕੋਈ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਵੱਲੋਂ ਹਾਂਜੀ ਹਾਂਜੀ ਮੈਂ ਉੱਤੇ ਬੋਰੀ ਗਿੱਲੀ ਕਰਕੇ ਬੋਰੀਆਂ ਪਾਈਆਂ ਸੀ ਪਰ ਉਹਦੇ ਨਾਲ ਕੁਝ ਨਹੀਂ ਹੋਇਆ ਤੇ ਬਾਅਦ ਚ ਮੈਂ ਭੱਜ ਕੇ ਜਾ ਕੇ ਬਾਹਰ ਦੁਕਾਨ ਤੇ ਮੁੰਡਿਆਂ ਨੂੰ ਬਾਜ ਮਾਰੀ ਤੇ ਸਾਰੇ ਮੁੰਡੇ ਆਏ ਭੱਜ ਕੇ ਉਹਨਾਂ ਨੇ ਵੀ ਪਾਣੀ ਪੂਣੀ ਪਾਇਆ ਪਰ ਉਹ ਨਹੀਂ ਪਾਣੀ ਨਾਲ ਵੀ ਨਹੀਂ ਸਿਲੰਡਰ ਭਰਿਆ ਸੀ ਨਾ ਹਜੇ ਨਵਾਂ ਹੀ ਸਿਲੰਡਰ ਲਾਇਆ ਸੀ ਭਰਿਆ ਹੋਇਆ ਤੇ ਬੰਦ ਨਹੀਂ ਹੋਇਆ ਜਦੋਂ ਘਟਨਾ ਹੋਈ ਕੌਣ ਕੌਣ ਸੀ ਕਿਰੇ ਉਹਦੇ ਕੋਈ ਨਹੀਂ ਸੀ ਮੈਂ ਇਕੱਲੀ ਸੀ ਤੇ ਰਸੋਈ 'ਚ ਕੰਮ ਕਰ ਰਹੀ ਸੀ ਹਾਂਜੀ ਉਹ ਕਮਰੇ ਦੇ ਵਿੱਚ ਹੀ ਸੀ ਨਾ ਤੇ ਮੈਂ ਸਬਜ਼ੀ ਨੂੰ ਤੁੜਕਾ ਲਾਉਣਾ ਸੀ ਤੇ ਪਰ ਹਜੇ ਮੈਂ ਬਾਲਿਆ ਨਹੀਂ ਸੀ ਗੈਸ ਸਬਜ਼ੀ ਹਜੇ ਤੋਂ ਉਧੋ ਕੇ ਰੱਖੀ ਸੀਗੀ ਤੇ ਹੁਣ ਕੀ ਨੁਕਸਾਨ ਹੋ ਗਿਆ ਹੁਣ ਸਾਰੇ ਹੀ ਉਹ ਜਿੱਦਾਂ ਕਮਰੇ ਦੇ ਬਾਰੀਆਂ ਬੂਰੀਆਂ ਸੀ ਸ਼ੀਸ਼ੇ ਸ਼ੂਸ਼ੇ ਸਾਰਾ ਸੜ ਗਿਆ ਬੈੱਡ ਬੁੱਡ ਸ਼ੋਕੇਸ ਸਾਰੇ ਹੀ ਹਾਂਜੀ ਕੋਈ ਮੰਗ ਕਰਨਾ ਚਾਹੁੰਦੇ ਹੋ ਜੀ ਹਾਂਜੀ ਮੈਂ ਮੇਰੀ ਇਹੀ ਮੰਗ ਆ ਕਿ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿ ਬਹੁਤ ਸਾਰਾ ਸਮਾਨ ਜਿਹੜਾ ਘਰ ਦਾ ਸਾਰਾ ਸਮਾਨ ਸੜ ਗਿਆ ਤੇ ਮੇਰੀ ਜਿਹੜੀ ਮੇਰੀ ਹਾਲਤ ਵੀ ਬਹੁਤ ਖਰਾਬ ਹੈ ਸੇਕ ਪਿਆ ਸਾਰੇ ਸੜ ਗਿਆ ਮੂੰਹ ਸਿਰ ਤੇ ਮੇਰੀ ਇਹੀ ਮੰਗ ਆ ਕਿ ਸਹਾਇਤਾ ਕੀਤੀ ਜਾਵੇ ਮੈਂ ਆਪਣੇ 10 ਨੰਬਰ ਦਾ ਆਪਣਾ ਕਾਉਂਸਲਰ ਹਾਂ ਇਹ ਮੈਂ ਦੇਖਿਆ ਆਪਣਾ ਤੇਲੀਆਂ ਮੱਲੇ ਸਿਲੰਡਰ ਲੀਕ ਹੋ ਗਿਆ ਅਚਾਨਕ ਅੱਗ ਲੱਗ ਗਈ ਆ ਤੇ ਜਾਨੀ ਨੁਕਸਾਨ ਬਚਾਅ ਹੋ ਗਿਆ ਵਾ ਜਾਨੀ ਚਿਹਰੇ ਨੂੰ ਥੋੜ੍ਹੀ ਭੈਂਜੀ ਦੀ ਅੱਗ ਉੱਗ ਲੱਗੀ ਆ ਤੇ ਕਾਫੀ ਆਪਣਾ ਸੋਫਾ ਟੀਵੀ ਘਰ ਦਾ ਸਾਰਾ ਨੁਕਸਾਨ ਹੋ ਗਿਆ ਮੈਂ ਆਪਣੇ ਕੌਂਸਲਰ ਤਰਫ ਕਰ ਤੇ ਆਪਣੇ ਸਰਕਾਰ ਨੂੰ ਇਹੀ ਮੰਗ ਮੰਗਦਾ ਹਾਂ ਇੰਨਾ ਗਰੀਬ ਬੰਦੇ ਆ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਹੁਣੇ ਸਾਰੀ ਇਨਫੋਰਮੇਸ਼ਨ ਮਿਲੀ ਇੱਥੇ ਇੱਕ ਸਿਲੰਡਰ ਦੇ ਵਿੱਚ ਅੱਗ ਲੱਗਣ ਕਾਰਨ ਇੱਥੇ ਅੱਗ ਲੱਗ ਗਈ ਤੇ ਕਮਰੇ ਦੇ ਵਿੱਚ ਇੱਕ ਲੇਡੀ ਸੀ ਤੇ ਉਹਨੂੰ ਕਾਫੀ ਦਾਖਲ ਕਰਾਇਆ ਗਿਆ ਲੱਤਾਂ ਉਹਨੂੰ ਆਈਆਂ ਨੇ ਹਾਂਜੀ ਦਾਖਲ ਕਰਾਇਆ ਹਾਂਜੀ ਮੌਕਾ ਅਸੀਂ ਵੇਖ ਲਿਆ ਉਹਦਾ ਲੇਡੀ ਦਾ ਇਲਾਜ ਚੱਲ ਰਿਹਾ ਠੀਕ ਹੈ ਹੁਣ ਜਿਹੜੀ ਰਿਪੋਰਟ ਹੈ ਉਹਦੇ ਰਿਗਾਰਡਿੰਗ ਪਾਵਾਂਗੇ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ